ਪੰਜਾਬ 'ਚ ਅੱਤਵਾਦ ਦੌਰਾਨ ਫਰਜ਼ੀ ਮੁਕਾਬਲਿਆਂ ਦਾ ਸੱਚ ਲਗਾਤਾਰ ਸਾਹਮਣੇ ਆ ਰਿਹਾ ਹੈ। ਕੁਝ ਦਿਨ ਪਹਿਲਾਂ ਤਰਨ ਤਾਰਨ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਨੇ ਝੂਠੇ ਮੁਕਾਬਲਿਆਂ ਦਾ ਦਾਅਵਾ ਕੀਤਾ ਸੀ ਅਤੇ ਹੁਣ ਮੋਗਾ ਜ਼ਿਲ੍ਹੇ ਤੋਂ ਬਰਖਾਸਤ ਇੱਕ ਸਿਪਾਹੀ ਸਤਵੰਤ ਸਿੰਘ ਮਾਨਕ ਨੇ ਐਲਾਨ ਕੀਤਾ ਕਿ ਉਹ 15 ਫਰਜ਼ੀ ਪੁਲਿਸ ਮੁਕਾਬਲਿਆਂ ਦਾ ਚਸ਼ਮਦੀਦ ਹੈ। ਪੰਜਾਬ ਵਿੱਚ ਅੱਤਵਾਦ ਦੌਰਾਨ ਖੜਕੂਆਂ ਨਾਲ ਹੋਏ ਮੁਕਾਬਲੇ ਦਾ ਸੱਚ ਲਗਾਤਾਰ ਸਾਹਮਣੇ ਆ ਰਿਹਾ ਹੈ। ਪਹਿਲਾਂ ਪੁਲਿਸ ਦੇ ਮੌਜੂਦਾ ਇੱਕ ਥਾਣੇਦਾਰ ਨੇ ਫਰਜ਼ੀ ਮੁਕਾਬਲਿਆਂ ਦੀ ਦਿਲ ਕੰਬਾਉ ਦਾਸਤਾਂ ਸੁਣਾਈ ਸੀ ਅਤੇ ਹੁਣ ਮੋਗਾ ਜ਼ਿਲ੍ਹੇ ਤੋਂ ਬਰਖਾਸਤ ਇੱਕ ਸਿਪਾਹੀ ਨੇ ਆਪਣੇ ਆਪ ਨੂੰ 15 ਫਰਜ਼ੀ ਪੁਲਿਸ ਮੁਕਾਬਲਿਆਂ ਦਾ ਚਸ਼ਮਦੀਦ ਹੋਣ ਦਾ ਦਾਅਵਾ ਕਰਕੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਸਤਵੰਤ ਸਿੰਘ ਮਾਨਕ ਇਹ ਸਿਪਾਹੀ ਖੁਦ ਵੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਇਆ ਹੈ। ਮੈਂ ਮੁਕਾਬਲੇ ਤਾਂ 14-15 ਵੇਖਿਆ ਜੀ। ਮੈਂ 14 ਬੰਦਿਆਂ ਦੀ ਲਿਸਟ ਵੀ ਦਿੱਤੀ ਸੀਗੀ ਦਲਜੀਤ ਸਿੰਘ ਰਾਜਪੂਤ ਨੂੰ। ਉਹਨੇ ਜਦੋਂ ਕੇਸ ਤਿਆਰ ਕੀਤਾ ਤੇ 10 ਹੀ ਮਤਲਬ ਵੀ ਉਹਨੇ ਨੌਲੇਜ ਆਏ ਤੇ ਬਾਕੀ ਉਹ ਛੱਡ ਗਏ ਸੀਗੇ। ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਤੁਹਾਨੂੰ ਇੰਨੇ ਦੱਸੀ ਜਾਂਦਾ ਵਿਆਹ ਕਰਵਾ। ਉਸ ਵਕਤ ਦੀ ਫਰੀਦਕੋਟ ਦੀ ਮੋਗਾ ਤਹਿਸੀਲ ਦੇ CIA ਵਿੱਚ ਤੈਨਾਤ ਸਿਪਾਹੀ ਸਤਵੰਤ ਸਿੰਘ ਮਾਨਕ, ਜੋ ਤਲਵੰਡੀ ਭਾਈ ਦੇ ਨੇੜਲੇ ਪਿੰਡ ਸੋਢੀ ਵਾਲਾ ਦਾ ਰਹਿਣ ਵਾਲਾ ਹੈ, ਨੇ ਵਹਿਸ਼ੀ ਪੁਲਿਸ ਅਫਸਰਾਂ ਦੀ ਕਾਰਗੁਜ਼ਾਰੀ ਤੋਂ ਪਰਦਾ ਚੁੱਕਦਿਆਂ ਮੁੱਛਫੁੱਟ ਨੌਜਵਾਨਾਂ ਤੋਂ ਲੈ ਕੇ ਅੱਧਖੜ ਸਿੱਖ ਵਿਅਕਤੀਆਂ ਦੇ ਹੋਏ ਕਤਲਾਂ ਦੀ ਹੱਡਬੀਤੀ ਨੂੰ ਅੱਜ ਵੀ ਨਹੀਂ ਭੁਲਾ ਸਕਿਆ। ਇੱਕ ਰਾਤ ਜਦੋਂ ਉਹ ਸੰਤਰੀ ਦੀ ਡਿਊਟੀ ਨਿਭਾ ਰਿਹਾ ਸੀ ਤਾਂ ਚੁਗਾਵਾਂ ਪਿੰਡ ਦੇ ਅੱਧਖੜ ਉਮਰ ਦੇ ਸਤਵੰਤ ਸਿੰਘ ਸੋਢੀ ਨੂੰ ਇੱਕ ਟਾਊਟ ਦੇ ਰਾਹੀਂ ਉਸ ਵਕਤ ਦੇ DSP ਬਚਨ ਸਿੰਘ ਰੰਧਾਵਾ ਐਂਡ ਪਾਰਟੀ ਨੇ ਫੜ ਕੇ ਅਜਿਹਾ ਤਸ਼ੱਦਦ ਢਾਇਆ ਕਿ ਉਸਦੀ ਥਾਣੇ ਅੰਦਰ ਹੀ ਮੌਤ ਹੋ ਗਈ ਅਤੇ ਸਤਵੰਤ ਸਿੰਘ ਸੋਢੀ ਦੀ ਲਾਸ਼ ਨੂੰ ਪੁਲਿਸ ਨੇ ਢਿੱਡ ਫਾੜ ਕੇ ਰਾਉ ਕੇ ਨਹਿਰ ਵਿੱਚ ਖੁਰਦ ਬੁਰਦ ਕਰ ਦਿੱਤਾ। ਉਹ ਮੋਗਾ ਬੁੱਗੀਪੁਰਾ ਬਾਈਪਾਸ ਤੇ ਆਏ, ਅੱਗੇ ਨਾਕਾ ਲੱਗਾ ਹੋਇਆ ਡਿਨਮੀ ਸੀ ਸਾਜਿਸ ਤਹਿਤ। DSP ਬਚਨ ਸਿੰਘ ਰੰਧਾਵਾ ਦਾ ਜਿਹੜਾ ਗਨਮੈਨ ਗੁਰਦੇਵ ਸਿੰਘ ਅਤੇ ਨਾਲ CA ਪਾਰਟੀ, ਇਹ ਸਾਰੇ CA ਮੋਗਾ ਦੀ ਪਾਰਟੀ। ਮੈਂ ਉਸ ਟਾਈਮ 10-2 ਮੇਰਾ ਪਹਿਰਾ ਸੀ, ਉਹ ਮੇਰੇ ਪਹਿਰੇ 'ਚ ਲੈਂਦਾ ਪਾਉਂਦਾ ਹੀ ਕੰਬਲ ਵਿਛਾ ਕੇ ਉਹਦੇ ਕੱਪੜੇ ਲਵਾ ਲਏ, ਕੱਪੜੇ ਲਵਾ ਕੇ ਅਤੇ ਇੰਟੈਰੋਗੇਸ਼ਨ ਸ਼ੁਰੂ ਕਰ ਦਿੱਤੀ। ਇੰਟੈਰੋਗੇਸ਼ਨ ਹੁੰਦੀ ਤਾਂ ਮੈਂ ਬਹੁਤ ਵੇਖੀ ਸੀ, ਪਰ ਜਿਹੜੀ ਉਹ ਇੰਟੈਰੋਗੇਸ਼ਨ ਹੁੰਦੀ ਵੇਖੀ ਹੈ ਉਹ ਮੈਂ ਅਲੱਗ ਹੀ ਵੇਖੀ ਸੀ। ਕਿਸ ਤਰੀਕੇ ਨਾਲ ਪੱਟਾਂ 'ਤੇ ਕੋਟਾ ਲਾਤਾ, ਆਹ ਜਿਹੜੀ ਆਪਣੀ ਆਹ ਲੱਤ ਦੇ ਹੱਡੀ ਹੈ ਇਹਦੀ TV ਕੋਟਾ ਲਾਤਾ, ਫਿਰ ਡਾਂਗਾਂ ਨਾਲ ਕੁੱਟਿਆ ਵੀ। ਉਸ ਤੋਂ ਬਾਅਦ ਕੀ ਹੋਇਆ, ਉਹਨੂੰ ਪੁੱਠਾ ਲਟਾ ਲਿਆ, ਪੁੱਠਾ ਲਟਾ ਕੇ ਅਤੇ ਕੋਟਾ ਲੱਤਾਂ ਦੇ ਵਿੱਚ ਦੇ ਕੇ ਅਤੇ ਬਾਹਾਂ ਪਿੱਛੇ ਕਰਕੇ ਅਤੇ ਉਹਦੇ ਮਤਲਬ ਵੀ ਪਹਿਲਾਂ ਪਿੱਛੋਂ ਦੀ ਕੋਟਾ ਫੇਰਿਆ, ਪਿੱਛੇ ਪਾਸੇ ਕੋਟਾ ਫੇਰਿਆ, ਫਿਰ ਉਹ ਲੱਤਾਂ ਵਿੱਚ ਦੀ ਦੇ ਕੇ ਅਤੇ ਬਾਹਾਂ 'ਤੇ ਲੱਤਾਂ ਖਿੱਚ ਲਈਆਂ ਆਉਂਦੀਆਂ, ਆਹ ਜਿਹੜੀਆਂ ਪੇਟ ਦੀਆਂ ਆਉਂਦੀਆਂ ਅੰਤੜੀਆਂ ਸਭ ਤੋੜਤੀਆਂ, ਸਰੀਰ ਨੂੰ ਤੋੜ ਭੰਨ ਦਿੱਤਾ। ਜਦੋਂ 2 ਵਜੇ ਪਹਿਰਾ ਮੇਰਾ ਖਤਮ ਹੋਇਆ ਅਤੇ ਮੈਨੂੰ ਕਹਿੰਦੇ ਉਧਰੋਂ ਉਹਦੀ ਇੰਟੈਰੋਗੇਸ਼ਨ ਵੀ ਖਤਮ ਕਰਤੀ, ਮੈਨੂੰ ਆਉਂਦੇ ਵੀ ਇਹਨੂੰ ਅੰਦਰ ਦਿੱਤੇ, ਮੈਂ ਅੰਦਰ ਦਿੱਤਾ ਜੀ। ਉਸ ਤੋਂ ਬਾਅਦ ਕੀ ਹੋਇਆ ਜੀ, ਉਹ ਜਿਹੜਾ ਦੂਜਾ ਪਹਿਰੇ ਵਾਲਾ ਆਇਆ ਉਹਨੂੰ ਉਹਨੇ ਕਿਹਾ ਵੀ ਮੈਨੂੰ ਪਾਣੀ ਦੇ ਦੇ ਪੀਣ ਨੂੰ, ਪਾਣੀ ਮੈਂ ਵੀ ਦਿੱਤਾ ਸੀ ਪੀਣ ਨੂੰ। ਉਹਨੇ ਪਾਣੀ ਮੰਗਿਆ ਤਾਂ ਉਹਨੂੰ ਕਹਿੰਦਾ ਪੱਖਾ ਚਲਾ ਦੇ, ਉਹਨੇ ਪੱਖਾ ਚਲਾਤਾ, ਹੁਣ ਟੁੱਟਿਆ ਭੱਜਿਆ ਪਿਆ ਸੀਗਾ, ਉਹ ਆਕੜ ਗਿਆ ਅਤੇ ਮਰ ਗਿਆ। ਰਾਤ ਨੂੰ ਕੀ ਕੀਤਾ, ਪੁਲਿਸ ਨੇ ਲਿਜਾ ਕੇ ਰਾਊਕੇ ਵਾਲੀ ਨਹਿਰ, ਜਿਹੜੀ ਬੱਧਣੀ ਵਾਲੀ ਨਹਿਰ ਵੱਜਦੀ ਹੈ ਨਿਆਲ ਸਿੰਘ ਵਾਲੇ ਵੱਜਦੀ, ਇਸ ਨਹਿਰ 'ਤੇ ਲਿਜਾ ਕੇ ਉਹਦੇ ਪੇਟ ਪਾੜਤਾ, ਆਪਣੇ ਪੇਟ ਦੇ ਵਿੱਚ ਕੋਈ ਨਾੜ ਆ ਮੋਟੀ ਜਿਹੀ ਅਤੇ ਉਹ ਪਾੜਤੀ, ਉਹ ਪਾੜ ਕੇ ਅਸਾਂ ਪੇਟ ਚਾੜ ਕਰਕੇ ਅਤੇ ਨਹਿਰ ਸੱਟਣ ਦਾ ਦਿਨ ਚਾਰ ਦਿਨ ਪਕੌੜਾ ਵਿਖਾਤਾ। ਇਸੇ ਤਰ੍ਹਾਂ ਪਿੰਡ ਘੁਮਿਆਰਾ ਦੇ ਬਲਜਿੰਦਰ ਸਿੰਘ ਦਾ ਵੀ ਮਾਰਚ 1992 ਨੂੰ ਪੁਲਿਸ ਹਿਰਾਸਤ ਵਿੱਚ ਹੀ ਮਾਰ ਕੇ ਇਸ ਨਹਿਰ ਵਿੱਚ ਹੀ ਪਹਿਲਾਂ ਉਸਦਾ ਸਿਰ ਵੱਢ ਕੇ ਸੁੱਟਿਆ ਗਿਆ ਅਤੇ ਬਾਅਦ ਵਿੱਚ ਧਾੜਵੀ ਪਾਣੀ ਵਿੱਚ ਸੁੱਟ ਕੇ ਸਬੂਤ ਮਿਟਾ ਦਿੱਤਾ। ਇਸੇ ਤਰ੍ਹਾਂ ਸਤਵੰਤ ਸਿੰਘ ਮਾਨਕ ਪਿੰਡ ਰਾਜੇਆਣਾ ਦੇ ਨਿਰਮਲ ਸਿੰਘ ਨਿੰਮਾ ਦਾ, ਬਲਜੀਤ ਸਿੰਘ ਵੱਡਾ ਘਰ ਕੁਲਵੰਤ ਸਿੰਘ ਕੰਤਾ ਪਿੰਡ ਘੁਮਿਆਰਾ, ਬਲਦੇਵ ਸਿੰਘ ਪਿੰਡ ਕਰਮਿੱਤੀ ਫਿਰੋਜ਼ਪੁਰ, ਬਹਾਲ ਸਿੰਘ ਪਿੰਡ ਪਦਰੀ, ਕਹਿਰ ਸਿੰਘ ਪਿੰਡ ਪਦਰੀ, ਗੁਰਮੁਖ ਸਿੰਘ ਪਿੰਡ ਲੰਗੇਆਣਾ ਅਤੇ ਬਲਵੀ ਸਿੰਘ ਪਿੰਡ ਖੋਸਾ ਕੋਟਲਾ ਦੇ ਫਰਜ਼ੀ ਮੁਕਾਬਲਿਆਂ ਦਾ ਚਸ਼ਮਦੀਦ ਹੈ। ਨਹਿਰ ਦੇ ਨੇੜੇ ਇੱਕ ਸੀਮ ਨਾਲਾ, ਪੁਰਾਣਾ ਸੀਮ ਨਾਲਾ, ਉਹ ਸੀਮ ਨਾਲੇ ਕੋਲ ਮਤਲਬ ਵੀ ਇੱਕ SHO ਬੱਧਣੀ ਦਰਸ਼ਨ ਸਿੰਘ, ਉਹ ਮਤਲਬ ਵੀ ਲੈ ਕੇ ਆਇਆ ਬਲਦੇਵ ਸਿੰਘ ਕਰਮਿੱਤੀ ਨੂੰ, ਆ ਕਰਮਿੱਤੀ ਸਾਡੇ ਪਿੰਡ ਦੇ ਲਾਗੇ ਪੈਂਦਾ ਜੀ, ਉਹਨੂੰ ਲੈ ਕੇ ਆਏ ਉੱਥੇ, ਇਹਨਾਂ ਦੋਵਾਂ ਦਾ ਪੁਲਿਸ ਮੁਕਾਬਲਾ ਬਣਾਇਆ। ਮੇਰੇ ਹੱਥ 'ਚ ਕੁਲਵੰਤ ਸਿੰਘ ਕੰਤੇ ਦੀ ਹੱਥ ਕੜੀ ਸੀ, ਜਦੋਂ ਇਹਨੂੰ ਗੋਲੀਆਂ ਮਾਰੀਆਂ ਕੁਲਵੰਤ ਸਿੰਘ ਕੰਤੇ ਨੂੰ, ਗੁਰਮੇਜ ਸਿੰਘ ਇੰਸਪੈਕਟਰ ਦੇ ਗਨਮੈਨ ਸੀ, ਇੱਕ ਹਰਜਿੰਦਰ ਸਿੰਘ ਸੀਗਾ ਅਤੇ ਇੱਕ ਲਖਵਿੰਦਰ ਸਿੰਘ ਸੀਗੇ, ਅੱਜ ਕੱਲ੍ਹ ਉਹ ਹੌਲਦਾਰ ਹੈ,
उन्होंने गोलियां मारियां पिछों तो जिहड़ा सीगा मतलब भी बलदेव सिंह करमित्ती बलदेव सिंह करमित्ती नूं दर्शन सिंह कंधवाला दर्शन सिंह लाहौर भी उन्होंने कहिंदे आ कंधवाला उन्होंने पिछा है उन्हें SHO बदनी सीगा उन्हें आपदे सर्विस रिवॉल्वर ने 6 गोलियां मारियां खड़े नूं फ्रंट च पर डिग्गिया नहीं उस तो बाद की होया जिहड़ा नाल सी ASI अजमेर सिंह उन्हें 156 ना फिर ब्रस्ट मारिया जीवन बसर ऐसा कर रहे है भी 5-4 साल मेनू पुलिस ने इन्ना क दबलिया जो मैं हाई कोर्ट आवाज उठाई इन्ना क मैं UP दे विच रह के राजस्थान UP बाहर स्टेटा रह के आपका मतलब बचाव किया 97 आके तो मैं हाई कोर्ट के जजा ह्यूमन राइट इंडिया मिनोरिटी ब्यूरो चेयरमैन इन्हों मिल के तो मैं दबाव पाया इन्होंने भी मैंने मार देंगे मारन की कोशिश भी बहुत की उस समय दरम्यान मेरे घर का इजाड़ा कर दिता मेरे फादर को चुक के ले जाते थे उन्होंने इंटरोगेशन की उन्होंने डैथ भी होगी मेरे भरा चुक के ले जा जो थोड़े को आए थे भरा भाणजे मेरी लाइफ बहुत ज़्यादा ही खराब करती परिवार अड्डो अड्डी करते कुड़िया बुढ़िया कुटना मारना रिश्तेदार भैन भरावान भनोइया तक भी इन्हें हरासमेंट किया इन्ना क हरासमेंट किया मैं मतलब रोटी खाने तो भी मजबूर हो गया तलवंडी भाई फिरोजपुर तो स्वरण सिंह दानेवालिया दे नाल इंद्रजीत कौर DNI न्यूज खबरां दी दुनिया विच आओ साडे नाल कदे भी ते कितों भी जुड़ो आपां मिलांगे फेसबुक ते असीं दिखांगे यूट्यूब ते सानू फॉलो करो ट्विटर ते खबरां नाल जुड़े रहो दिन रात।